ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮ ਸਿੰਘ। ਅੱਜ ਮੈਂ ਕੁਛ ਨਹੀਂ ਕਹਿਣਾ, ਕੋਈ ਲਾਈਕ ਜਾਂ ਸ਼ੇਅਰ ਕਰਨ ਨੂੰ ਨਹੀਂ ਕਹਿਣਾ, ਕਿਉਂਕਿ ਅੱਜ 6 ਪੋਹ ਦੀ ਉਹ ਰਾਤ ਸਟਾਰਟ ਹੋਣ ਜਾ ਰਹੀ ਜਦੋਂ ਮਹਾਰਾਜ ਨੇ ਆਪਣਾ ਕਿਲ੍ਹਾ ਛੱਡਿਆ ਸੀ ਅਨੰਦਪੁਰ ਸਾਹਿਬ ਤੋਂ, ਅਤੇ ਸਤਿਗੁਰ ਨੇ ਕਿਰਪਾ ਕੀਤੀ ਆ। ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਸੀਗਾ, ਪਰ ਮਹਾਰਾਜ ਨੇ ਉਹ ਸਾਰੇ ਕੰਮ ਕਾਰ ਨਿਬੇੜਤੇ, ਕੁਛ ਪੋਸਟਪੋਨ ਹੋ ਗਏ ਆ, ਅਤੇ ਆਪਾਂ ਘਰੋਂ ਚੱਲ ਰਹੇ ਹਾਂ ਜੀ ਅਨੰਦਪੁਰ ਸਾਹਿਬ ਨੂੰ। ਅਤੇ ਟਾਈਮ ਆਪਣੇ ਕੋਲ ਹੋਇਆ 5 ਵਜੇ ਚੱਲੇ ਆ, ਅਤੇ ਅਨੰਦਪੁਰ ਸਾਹਿਬ ਜਾ ਕੇ ਜਿਸ ਤਰ੍ਹਾਂ ਪਿਛਲੇ ਸਾਲ ਹੋਰ ਵੀਰ ਵੀ ਸੀਗੇ, ਸਿੰਘ ਸੀਗੇ ਨਾਲ, ਪਰ ਇਸ ਵਾਰ ਆਪਾਂ ਇਕੱਲੇ ਹਾਂ। ਮਹਾਰਾਜ ਨੇ ਕਿਲ੍ਹਾ ਛੱਡਣਾ ਕੀਤਾ ਸੀ, ਉਹਨਾਂ ਨਾਲ ਹੀ ਨਵੀਂ ਕੀਰਤਨ ਨਾਲ ਕਿਲ੍ਹਾ ਛੱਡਾਂਗੇ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਜਿਹੜਾ ਰਾਹਾਂ 'ਤੇ ਪਰਿਵਾਰ ਵਿਛੋੜਾ ਸਾਹਿਬ ਗਏ ਮਹਾਰਾਜ, ਉਸ ਤੋਂ ਬਾਅਦ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਰਾਹਾਂ 'ਤੇ ਗਏ ਆ, ਉਹਨਾਂ ਰਾਹਾਂ 'ਤੇ ਹੁੰਦੇ ਹੋਏ ਉਹਨਾਂ ਥਾਵਾਂ ਦੇ ਦਰਸ਼ਨ ਕਰਦੇ ਹੋਏ ਫਤਿਹਗੜ੍ਹ ਸਾਹਿਬ ਦੀ ਉਹ ਪਵਿੱਤਰ ਧਰਤੀ ਨੂੰ ਨਤਮਸਤਕ ਹੋਵਾਂਗੇ, ਜਿੱਥੇ ਸਾਡੇ ਵੀਰ ਛੋਟੇ ਜਿਹੜੀਆਂ ਸ਼ਹੀਦੀਆਂ ਪਾਈਆਂ ਉਹ ਨੀਹਾਂ ਚਿਣੇ ਗਏ। ਅਤੇ ਚੱਲਦੇ ਹਾਂ ਜੀ, ਬੱਸ ਫੜਨੀ ਆਪਾਂ ਜਾ ਕੇ ਪਹੁੰਚਦੇ ਹਾਂ ਅਨੰਦਪੁਰ ਸਾਹਿਬ, ਅਤੇ ਤੁਹਾਨੂੰ ਵੀ ਕਰਾਉਂਦੇ ਹਾਂ ਦਰਸ਼ਨ ਉਸ ਅਲੌਕਿਕ ਨਜ਼ਾਰੇ ਦੇ, ਉਹ ਅਲੌਕਿਕ ਦ੍ਰਿਸ਼ ਜਿਹੜਾ ਅੱਜ ਵੀ ਉਸੇ ਤਰ੍ਹਾਂ ਵਰਤਦਾ ਆ ਜਦੋਂ ਮਹਾਰਾਜ ਨੇ ਕਿਲ੍ਹਾ ਛੱਡਣਾ ਕੀਤਾ ਸੀ। ਅੱਜ ਵੀ ਉਹ ਸੰਗਤਾਂ ਉਸੇ ਤਰ੍ਹਾਂ ਕਿਲ੍ਹਾ ਛੱਡਦੀਆਂ ਆ, ਅਤੇ ਆਪਾਂ ਚੱਲਦੇ ਅਨੰਦਪੁਰ ਸਾਹਿਬ ਨੂੰ, ਅਤੇ ਗੁਰਸ਼ਰਨ ਕਰੋਗੇ ਘਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਕੋਲ ਨਹੀਂ ਤੁਰ ਹੋਣਾ, ਇਸ ਲਈ ਆਪਾਂ ਇੱਕ ਘਰ ਬਹਿ ਕੇ ਯੂਟਿਊਬ 'ਤੇ ਵੀਡੀਓ ਦੇ ਰਾਹੀਂ ਸਾਰਾ ਆਨੰਦ ਮਾਣੂਗੇ। ਠੀਕ ਹੈ ਨਾ ਬਾਬਾ ਜੀ? ਹਾਂਜੀ। ਚੜ੍ਹਦੀ ਕਲਾ ਨਾ? ਹਾਂਜੀ ਚੜ੍ਹਦੀ ਕਲਾ। ਕੋਈ ਪ੍ਰੋਬਲਮ? ਕੁਛ ਨਹੀਂ, ਕੋਈ ਪ੍ਰੋਬਲਮ ਨਹੀਂ। ਕਿਰਪਾ ਮਹਾਰਾਜ ਦੀ ਹੈ, ਕਿਆ ਬਾਤ ਹੈ। ਅਤੇ ਇਹਨਾਂ ਨੇ ਹੋਰ ਜ਼ਿਆਦਾ ਸਪਿਰਿਟ ਭਰ ਦਿੰਦੇ ਜਦੋਂ ਇਹ ਚੜ੍ਹਦੀ ਕਲਾ 'ਚ ਹੁੰਦੇ, ਤਾਂ ਆਪਾਂ ਵੀ ਚੜ੍ਹਦੀ ਕਲਾ 'ਚ ਹੀ ਹਾਂ। ਅਤੇ ਮਿਲਦੇ ਹਾਂ ਆਪਾਂ। 6:45 ਹੋਏ ਅਤੇ ਆਪਾਂ ਪਹੁੰਚ ਗਏ ਜਲੰਧਰ ਬੱਸ ਸਟੈਂਡ 'ਤੇ। ਸੋ ਬੱਸ 8:15 ਆਉਣੀ, ਆਪਣੇ ਕੋਲ 1.5 ਘੰਟਾ ਪਿਆ ਆ, ਦੇਖਦੇ ਕਦੋਂ ਬੱਸ ਆਉਣੀ ਆ। ਅਤੇ ਆਪਾਂ 11 ਨੰਬਰ ਕਾਊਂਟਰ ਆ, ਉੱਥੇ ਆਪਣੀ ਬੱਸ ਲੱਗਣੀ ਆ ਸ਼੍ਰੀ ਅਨੰਦਪੁਰ ਸਾਹਿਬ ਲਈ। ਆਹ 11 ਨੰਬਰ ਕਾਊਂਟਰ ਆ ਜੀ, ਅਤੇ ਆਪਾਂ ਬੈਠੇ ਹਾਂ ਬੜੇ ਆਰਾਮ ਨਾਲ, ਦੇਖਦੇ ਕਦੋਂ ਬੱਸ ਆਉਣੀ ਅਤੇ ਕਦੋਂ ਚੱਲੇ ਪਾਉਣੇ ਆ। ਇਹ ਜਲੰਧਰ ਬੱਸ ਸਟੈਂਡ ਜੀ। ਬੱਸ 10:40 'ਤੇ ਆਪਾਂ ਅਨੰਦਪੁਰ ਸਾਹਿਬ ਪਹੁੰਚ ਗਏ ਸੀ, ਅਤੇ ਬਾਈ ਹੋਣੀ ਸਾਡੇ ਡਰਾਈਵਰ ਸਾਹਿਬ ਸਿੰਘ ਸਾਹਿਬ ਬਹੁਤ ਹੀ ਵਧੀਆ ਸੀ, ਅਤੇ ਜਦੋਂ ਆਪਾਂ ਜਲੰਧਰ ਬੱਸ ਵਿੱਚ ਬੈਠੇ ਹਾਂ ਤਾਂ ਨਾਲ ਹੀ ਗੁਰੂ ਕਾ ਜਸ ਲੱਗ ਗਿਆ। ਜਿਸ ਪਰਪਸ ਨਾਲ ਆਪਾਂ ਅਨੰਦਪੁਰ ਸਾਹਿਬ ਆਏ ਹਾਂ, ਜੋ ਇਤਿਹਾਸ ਅੱਜ 6 ਵਜੇ ਰਾਤ ਸ਼ੁਰੂ ਹੋਇਆ ਆ, ਉਹ ਇਤਿਹਾਸ ਸੁਣਨ ਨੂੰ ਮਿਲਿਆ। ਨਾਲ ਕੰਡਕਟਰ ਬਾਈ ਜੀ ਦੋਨੇ ਸਿੰਘ ਸਾਹਿਬ, ਗੁਰੂ ਕੇ ਸਿੰਘ ਬੜੇ ਪਿਆਰੇ ਸੀਗੇ। ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਸਿੰਘ ਸਾਹਿਬ ਵਾਹਿਗੁਰੂ। ਅਤੇ ਆਪਾਂ ਅੱਜ ਦਾ ਪਲੈਨ ਕੀਤਾ ਜੀ, ਪਿਛਲੀ ਵਾਰ ਆਪਾਂ ਇੱਥੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਇਸ ਵਾਰ ਆਪਾਂ ਯਾਤਰਾ ਸ਼ੁਰੂ ਕਰ ਰਹੇ ਹਾਂ ਕੀਰਤਪੁਰ ਸਾਹਿਬ ਤੋਂ, ਪਰਿਵਾਰ ਵਿਛੋੜੇ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲਦਾ ਪੈਦਲ ਸਰਸਾ ਪਾਰ ਕਰਦਾ। ਐਤਕੀ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ, ਮਹਾਰਾਜ ਕਿਰਪਾ ਕਰਨ, ਅਤੇ ਨਾਲ ਨਾਲ ਬਾਬਾ ਕੁੰਮੇ ਮਾਸੀ ਸ਼ਾਂਤ ਤੱਕ ਪਹੁੰਚਾਂਗੇ। ਸੋ ਬਹੁਤ ਬਹੁਤ ਧੰਨਵਾਦ ਆ ਬਾਈ ਡਰਾਈਵਰ ਸਾਹਿਬ ਦਾ, ਜਿਨ੍ਹਾਂ ਨੇ ਸੋਹਣਾ ਇਤਿਹਾਸ ਸੁਣਾਇਆ, ਗੱਡੀ ਵਿੱਚ ਬੈਠ ਕੇ ਮਹਾਰਾਜ ਦੇ ਨਾਲ ਜੋੜਿਆ, ਅਤੇ ਇੰਝ ਜਾਪਦਾ ਜਿਵੇਂ ਮਹਾਰਾਜ ਨੇ ਆਪ 2 ਸਿੰਘ ਭੇਜੇ ਹੋਣ ਸਾਡੇ ਲਈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ 11:30 ਦਾ ਸਮਾਂ ਹੋ ਚੁੱਕਾ ਆ ਅਤੇ ਆਪਾਂ ਖੜ੍ਹੇ ਹਾਂ ਬਿਲਕੁਲ ਕੀਰਤਪੁਰ ਸਾਹਿਬ ਦੇ ਬਾਹਰ ਰੋਡ 'ਤੇ ਅਤੇ ਅੱਜ ਜਿਹੜੀ ਯਾਤਰਾ ਆਪਾਂ ਇੱਥੇ ਸ਼ੁਰੂ ਕਰਨ ਲੱਗੇ ਹਾਂ ਕਿਉਂਕਿ ਅੱਜ ਤੁਹਾਨੂੰ ਇੱਕ ਉਹ ਅਲੌਕਿਕ ਨਗਰ ਕੀਰਤਨ ਦਿਖਾਉਣਾ ਆ ਜਿਹੜਾ ਕਿ ਪਰਿਵਾਰ ਵਿਛੋੜਾ ਸਭ ਗੁਰਦੁਆਰਾ ਸਾਹਿਬ ਤੋਂ ਚੱਲਦਾ ਆ ਅਤੇ 3-4 ਸਾਲ ਹੋ ਗਏ ਸਾਨੂੰ ਵੀਡੀਓਜ਼ ਦੇਖਦਿਆਂ ਨੂੰ ਦਰਸ਼ਨ ਕਰਨ ਦਾ ਬਹੁਤ ਮਨ ਸੀ ਅਤੇ ਆਪ ਵੀ ਦਰਸ਼ਨ ਕਰਦੇ ਨਾਲ ਤੁਹਾਨੂੰ ਕਰਾਉਂਦੇ ਹਾਂ ਇੱਥੋਂ ਤਾਂ 3.5 ਘੰਟੇ ਦਾ ਰਸਤਾ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਸੋ ਆਪਾਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਜੀ ਬਿਲਕੁਲ ਆਪਾਂ ਖੜ੍ਹੇ ਹਾਂ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਬਾਹਰ ਅਤੇ ਚੱਲਦੇ ਅੱਗੇ ਨੂੰ ਸੋ ਸੰਗਤ ਜੀ 2:33 ਹੋ ਚੁੱਕੇ ਆ ਅਤੇ ਗੁਰਦੁਆਰਾ ਸਾਹਿਬ 1 ਕਿਲੋਮੀਟਰ ਰਹਿ ਗਿਆ ਆਪਾਂ ਨੂੰ ਅਤੇ ਗੂਗਲ ਨੇ ਐਸੇ ਰਸਤੇ ਪਾਇਆ ਕਿ ਆ ਦੇਖੋ ਪੂਰਾ ਹਨੇਰ ਪਿਆ ਹੋਇਆ ਆ ਪੂਰਾ ਜੰਗਲਾਤ ਏਰੀਆ ਸੀ ਨਾਲ ਆ ਨਹਿਰ ਵਗਦੀ ਆ ਨਾਲ ਨਹਿਰ ਆ ਇੱਧਰ ਪੂਰਾ ਜੰਗਲ ਆ ਇਹ ਆਪਾਂ ਨੂੰ 5-6 ਕਿਲੋਮੀਟਰ ਹੋ ਗਏ ਇੱਦਾਂ ਹੀ ਕੁਛ ਲੈਨ 'ਤੇ ਚੱਲਣਾ ਪਿਆ ਅਤੇ ਹੁਣ ਆਪਾਂ ਨੂੰ 1 ਕਿਲੋਮੀਟਰ ਰਹਿ ਗਿਆ ਗੁਰੂ ਘਰ ਅਤੇ ਜਾ ਕੇ ਕਰਦੇ ਹਾਂ ਦਰਸ਼ਨ ਮੇਲੇ ਇਸ਼ਨਾਨ ਪਾਣੀ ਕਰਕੇ ਲਓ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਅਤੇ ਆਹ ਰਸਤਾ ਆ ਦੀਵਾਨ ਸਜੇ ਹੋਏ ਆ ਘੱਟੋ ਘੱਟ 6-7 ਕਿਲੋਮੀਟਰ ਤੋਂ ਇੱਦਾਂ ਹੀ ਤੁਹਾਡੀ ਜੱਥੇ ਦੀ ਆਵਾਜ਼ ਸੁਣ ਰਹੀ ਸੀਗੀ ਸੋ ਆਪਾਂ ਪਹੁੰਚਣ ਲੱਗੇ ਹਾਂ ਗੁਰਦੁਆਰਾ ਸਾਹਿਬ ਬਿਲਕੁਲ ਆਹ ਨਾਲ ਹੀ ਆ 2-4 ਮਿੰਟ ਦੀ ਦੂਰੀ 'ਤੇ ਆ ਜੀ ਬਸ ਸਤਿਗੁਰ ਸੰਗ ਨਾਹੀ ਮਨ ਬੋਲੇ ਅੰਮ੍ਰਿਤ ਬਾਣੀ ਗੁਰ ਮੁਖ ਬੋਲੇ ਅੰਮ੍ਰਿਤ ਬਾਣੀ ਸਾਧ
ਜਿੱਥੇ ਇੱਕ ਪਾਸੇ ਆਸਾ ਜੀ ਦੇ ਵਾਰ ਦੇ ਕੀਰਤਨ ਹੋ ਰਹੇ ਆ, ਦੂਜੇ ਪਾਸੇ ਨਗਰ ਕੀਰਤਨ ਦੀਆਂ ਤਿਆਰੀਆਂ ਹੋ ਰਹੀਆਂ। ਜੇ ਸਮੇਂ ਪਰਿਵਾਰ ਵਿਛੋੜਾ ਹੋਇਆ, ਜੇ ਰਾਸਤੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਗਏ ਆ, ਉਹਨਾਂ ਰਾਹਾਂ 'ਤੇ ਇਹ ਨਗਰ ਕੀਰਤਨ ਇਸੇ ਤਰ੍ਹਾਂ ਅੱਜ ਵੀ ਚੱਲਦਾ ਜੀ ਅੰਮ੍ਰਿਤ ਵੇਲੇ। ਅਤੇ ਅੱਜ ਇਸ ਵੀਡੀਓ ਸਾਰਾ ਤੁਹਾਨੂੰ ਇਹ ਹਾਲ ਕਿ ਇਸ ਤਰ੍ਹਾਂ ਸਰਸਾ ਪਾਰ ਕੀਤੀ ਜਾਂਦੀ ਹੈ ਸੰਗਤਾਂ ਵੱਲੋਂ ਪੈਦਲ, ਉਹ ਸਾਰਾ ਇਸ ਵੀਡੀਓ ਤੁਹਾਨੂੰ ਦਿਖਾਵਾਂਗੇ ਜੀ, ਦਰਸ਼ਨ ਕਰਾਵਾਂਗੇ ਸਾਰੀ ਸੰਗਤ ਦੇ। ਕਰਾਏ ਮਾਰੀ ਦੁਨੀਆ ਇੱਕ ਦੂਰੀ ਚੜ੍ਹੈ
ਸੰਗਤ ਜੀ ਅਰਦਾਸ ਬੇਨਤੀ ਹੋ ਚੁੱਕੀ ਆ। ਨਗਰ ਕੀਰਤਨ ਜੋ ਪੈਦਲ ਯਾਤਰਾ ਦੇ ਰੂਪ ਦੇ ਵਿੱਚ ਆਰੰਭਤਾ ਦੀ ਅਰਦਾਸ ਹੋ ਚੁੱਕੀ ਆ, ਸੋ ਸੰਗਤਾਂ ਦੇਗ ਲੈ ਕੇ ਬਾਹਰ ਆ ਚੁੱਕੀਆਂ ਨੇ। ਮਹਾਰਾਜ ਦੀ ਸਵਾਰੀ ਤਿਆਰ ਬਰ ਤਿਆਰ ਹੈ, ਨਗਾਰਿਆਂ ਦੀ ਚੋਟ 'ਤੇ ਪੈਦਲ ਯਾਤਰਾ ਸ਼ੁਰੂ ਹੋਵੇਗੀ। ਸੋ ਆਪਾਂ ਵੀ ਇਸ ਪੈਦਲ ਯਾਤਰਾ ਦੇ ਨਾਲ ਨਾਲ ਮਾਤਾ ਗੁਜਰ ਕੌਰ ਦੇ ਨਾਲ ਛੋਟੇ ਸਾਹਿਬਜ਼ਾਦੇ ਜੋ ਜਿਹਨਾਂ ਰਾਹਾਂ ਦੇ ਉੱਪਰ ਚੱਲ ਕੇ ਬਾਬਾ ਕੁੰਮੇ ਮਾਸ਼ਕੀ ਸ਼ਾਂਤ ਤੱਕ ਪਹੁੰਚੇ ਆ, ਉਹਨਾਂ ਰਾਹਾਂ 'ਤੇ ਚੱਲ ਕੇ ਆਪਾਂ ਵੀ ਦਰਸ਼ਨ ਮੇਲੇ ਕਰਾਂਗੇ। ਸਾਰੀ ਸੰਗਤ ਦੇ ਤੁਹਾਨੂੰ ਵੀ ਕਰਾਵਾਂਗੇ, ਨਾਲ ਨਾਲ ਜੁੜੇ ਰਹੋ। ਪੰਜ ਪਿਆਰੇ ਸਾਹਿਬਾਨ, ਪੰਜ ਨਿਸ਼ਾਨ ਜੀ ਸਾਹਿਬਾਨ, ਸੋ ਮਹਾਰਾਜ ਦੀ ਸਵਾਰੀ ਦੇ ਅੱਗੇ ਲੱਗ ਚੁੱਕੇ ਨੇ। ਸੰਗਤਾਂ ਤਿਆਰ ਬਰ ਤਿਆਰ, ਸਾਰੀਆਂ ਸੰਗਤਾਂ ਨੂੰ ਬੇਨਤੀ, ਆਓ ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੁੰਮੇ ਮਾਸ਼ਕੀ ਦੀ ਸ਼ਾਨ ਤੱਕ ਆਪਾਂ ਸਾਰੇ ਪੈਦਲ ਚੱਲੀਏ ਜੀ। ਜਕਾਰੇ ਦੇ ਨਾਲ ਆਪਾਂ ਇਸ ਯਾਤਰਾ ਦੀ ਆਰੰਭਤਾ ਕਰੀਏ। ਬੋਲੇ ਸੋਨਿਹਾਲ, ਬੋਲੇ
ਜਿਸ ਤਰ੍ਹਾਂ ਆਪ ਸੰਗਤ ਜੀ ਦਰਸ਼ਨ ਕਰ ਰਹੇ ਹੋ, ਅੱਗੇ ਅੱਗੇ ਨੌਜਵਾਨ ਰੋਡ ਦੀ ਸਫਾਈ ਕਰ ਰਹੇ ਨੇ, ਉਸ ਤੋਂ ਪਿੱਛੇ ਨਗਾਰੇ ਵਾਲੀ ਗੱਡੀ ਆ ਜੀ, ਉਸ ਤੋਂ ਪਿੱਛੇ ਪੰਜ ਨਿਸ਼ਾਨਸ਼ੀ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਸੋਹਣੀ ਪਾਲਕੀ ਸਜਾਈ ਹੋਈ ਆ, ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ, ਸੰਗਤਾਂ ਕੀਰਤਨ ਕਰਦੀਆਂ ਹੋਈਆਂ ਪੈਦਲ ਯਾਤਰਾ ਕਰ ਰਹੀਆਂ ਆ। ਜਿਸ ਤਰ੍ਹਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਹਨਾਂ ਰਾਹਾਂ 'ਤੇ ਗਏ ਆ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ, ਉਹਨਾਂ ਦੀ ਕੁਰਬਾਨੀ ਨਤਮਸਤਕ ਹੁੰਦਿਆਂ ਹੋਇਆਂ ਅੱਗੇ ਅੱਗੇ ਵੱਧ ਰਹੀ ਹੈ ਸੰਗਤ। ਆਨੰਦ
ਬੱਚੇ ਨਾਮ ਜਪ ਦੇ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪ ਦੇ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪ ਦੇ ਬਾਬਾ ਕੁਮਾ ਮਾਸ਼ੀ ਦੇ ਪਾਵਨ ਅਸਥਾਨ ਦੇ ਉੱਤੇ ਉੱਥੇ ਵੀ ਅਰਜ ਕੀਤੀ। ਬਾਬਾ ਫਤਿਹ ਸਿੰਘ ਜੀ ਨੇ ਤਿੰਨ ਚਾਰ ਦਸਤਾਰਾਂ ਅੰਦਰ ਗਏ ਤੇ ਤਿੰਨ ਚਾਰ ਦਸਤਾਰਾਂ ਸੀਸ ਤੇ ਉੱਚੀਆਂ ਕਰਕੇ ਸਜਾ ਲਈਆਂ। ਉੱਚੀਆਂ ਦਸਤਾਰਾਂ ਸਜਾ ਕੇ ਉੱਚਾ ਦਸਤਾਰਾਂ ਬੰਨ ਕੇ ਬਾਹਰ ਆ ਕੇ ਖਲੋ ਗਏ। ਕਹਿੰਦੇ ਲਓ ਹੁਣ ਮੇਰਾ ਕੱਦ ਵੱਡਾ ਹੋ ਗਿਆ, ਹੁਣ ਮੈਂ ਛੋਟਾ ਨਹੀਂ ਰਿਹਾ। ਸਾਧ ਸੰਗਤ ਕਲਗੀਧਰ ਪਿਤਾ ਨੇ ਦੇਖ ਕੇ ਹੱਸੇ, ਸਤਿਗੁਰ ਜੀ ਮੁਸਕਰਾਏ ਤੇ ਮਹਾਰਾਜ ਦੇ ਮੁਖ ਚੋਂ ਇਹ ਅਸੀਸ ਰੂਪ ਦੇ ਵਿੱਚ ਬਚਨ ਨਿਕਲੇ ਸਨ। ਗੁਰੂ ਦੀ ਅਸੀਸ ਹੈ ਜਿਹੜੀ ਐਡੀ ਵੱਡੀ ਸੇਵਾ ਕਰਾ ਦਿੰਦੀ। ਗੁਰੂ ਦੀ ਅਸੀਸ ਹੈ ਤੇ ਸਾਡੇ ਵਿੱਚ ਸਾਰਿਆਂ ਵਿੱਚ ਕੋਈ ਬਲ ਨਹੀਂ ਗੁਰੂ ਕੇ ਪਿਆਰੇ, ਇਹ ਗੁਰੂ ਜੀ ਬਲ ਬਲ ਰਹੇ ਨੇ ਤੇ ਤਾਂ ਅਸੀਂ ਇਹਨਾਂ ਰਾਹਾਂ ਤੇ ਤੁਰ ਰਹੇ ਹਾਂ। ਨਹੀਂ ਤੁਰਿਆ ਜਾ ਸਕਦਾ, ਬੜੇ ਐਸੇ ਸਰੀਰ ਹੁੰਦੇ ਨੇ ਜਿਹੜੇ ਕਿਸੇ ਰੋਗ ਨੇ ਕਿਸੇ ਬਿਮਾਰੀ ਕਰਕੇ ਨਹੀਂ ਪਹੁੰਚ ਸਕਦਾ। ਸੋ ਸੰਗਤ ਜੀ, ਮਹਾਰਾਜ ਜਸ ਕਰਦੇ ਹੋਏ ਕੀਰਤਨ ਕਰਦੀਆਂ ਹੋਈਆਂ ਸੰਗਤਾਂ, ਸਭ ਤੋਂ ਅੱਗੇ ਪੰਜ ਪਿਆਰੇ ਸਾਹਿਬਾਨ ਨਿਸ਼ਾਨਜੀ ਸਿੰਘ ਮਹਾਰਾਜ ਦੀ ਸਵਾਰੀ ਸੇਵਾਦਾਰ ਅੱਗੇ ਅੱਗੇ ਵੱਧ ਰਹੇ ਉਹਨਾਂ ਰਾਹਾਂ 'ਤੇ। ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮਨ 'ਚ ਬਹੁਤ ਦਰਦ ਆ, ਅੱਖਾਂ ਨਮ ਹੋਈਆਂ ਹੋਈਆਂ ਆ, ਬਹੁਤ ਸ਼ਹੀਦੀਆਂ ਹੋਈਆਂ ਇਹਨਾਂ ਦਸਤਾਰਾਂ ਕਰਕੇ। ਬਹੁਤ ਸ਼ੁਕਰ ਕਰਦੇ ਹਾਂ ਮਹਾਰਾਜ ਲੈ ਆਏ ਆ, ਕਿਉਂਕਿ ਇਸ ਵਾਰ ਆਉਣ ਦਾ ਬਿਲਕੁਲ ਵੀ ਕੋਈ ਪ੍ਰੋਗਰਾਮ ਨਹੀਂ ਸੀਗਾ। ਬਹੁਤ ਦਇਆ ਕੀਤੀ ਸਤਿਗੁਰ ਨੇ, ਇਹਨਾਂ ਸੰਗਤਾਂ ਦੇ ਚਰਨ ਪਰਸਨ ਦਾ ਜੋ ਮੌਕਾ ਮਿਲਿਆ ਆ, ਸੋ ਆਪ ਜੀ ਦਰਸ਼ਨ ਕਰ ਰਹੇ ਹੋ। ਇਸੇ ਤਰ੍ਹਾਂ ਸੰਗਤ ਨੇ ਨਗਰਾਂ ਵਿੱਚ ਦੀ ਹੁੰਦੇ ਹੋਏ ਪੈਦਲ ਸਰਸਾ ਪਾਰ ਕਰਨੀ ਆ ਜੀ, ਹਾਲੇ ਜਿੱਦਾਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਕੀਤੀ ਆ। ਅੱਗੇ ਅੱਗੇ Thank you.
ਲੋ ਜੀ ਆਪਾਂ ਪਹੁੰਚੇ ਹਾਂ ਸੰਗਤ ਜੀ ਪਿੰਡ ਮਾਜਰੀ ਗੁਜਰਾਂ ਅਤੇ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਬਿਲਕੁਲ ਤਿਆਰ ਖੜੀਆਂ ਆ ਜੀ ਆਇਆਂ ਆਖਣ ਨੂੰ ਕਦਮਾਂ ਤੇ ਆਪਾਂ ਜਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਨਾ, ਧੰਨ ਜਣੇਂਦੀ ਮਾਂ ਆਏ ਸਫਲ ਸਿੰਘ, ਧੰਨ ਉਹ ਮਾਂ ਜਿਹਦੀ ਕੁੱਖ ਚੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਪੁੱਤਰ ਪੈਦਾ ਹੋਇਆ। ਸਾਧ ਸੰਗਤ ਜਿਹਦੇ ਪੋਤਰੇ ਮਹਾਨ, ਜਿਹਦਾ ਪਤੀ ਮਹਾਨ, ਜਿਹਦਾ ਪੁੱਤ ਮਹਾਨ,
ਅੱਜ ਉਸ ਮਾਂ ਦੇ ਰਾਹ ਤੇ ਕਦਮ ਕਦਮ ਮਿਲਾ ਕੇ ਆਪਾਂ ਜਾ ਰਹੇ ਹਾਂ। ਇਹ ਆਮ ਯਾਤਰਾ ਨਹੀਂ, ਇਹਨੂੰ ਆਮ ਯਾਤਰਾ ਨਾ ਸਮਝੀਏ ਵੀ ਇਹ ਆਮ ਯਾਤਰਾ ਨਹੀਂ ਪਿਆਰਿਓ, ਇਹ ਇੱਕ ਇਤਿਹਾਸਕ ਪੈਦਲ ਯਾਤਰਾ ਹੈ। ਆਪਾਂ ਇਹਨੂੰ ਇਤਿਹਾਸਕ ਦੇ ਰੂਪ ਵਿੱਚ ਮਾਂ ਗੁਜਰੀ ਨੂੰ ਚੇਤੇ ਕਰਕੇ ਚੱਲਣਾ ਹੈ। ਸਾਧ ਸੰਗਤ ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ, ਮਾਝੀ ਦੀ ਸੰਗਤ ਦਾ ਜਿਹੜੀਆਂ ਬੇਅੰਤ ਸੇਵਾਵਾਂ ਕਰ ਰਹੀਆਂ ਨੇ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸਾਡੇ ਸਾਰਿਆਂ ਤੇ ਕਿਰਪਾ ਹੋਵੇ। ਅੰਮ੍ਰਿਤ ਧਾਰੀ ਬਣੀਏ, ਖੰਡੇ ਬਾਟੇ ਦੀ ਪੌਲ ਲਈਏ ਤੇ ਅੰਮ੍ਰਿਤ ਵੇਲਾ ਸੰਭਾਲੀ। ਸਤਿਗੁਰੂ ਕਿਰਪਾ ਕਰਨ ਜੀ, ਆਓ ਹੁਣ ਅਗਲੇ ਪੜਾਅ ਵੱਲ ਆਪਾਂ ਪੂਜ ਕਰੀਏ। ਸਾਰੀਆਂ ਸੰਗਤਾਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ, ਮੈਂ ਪਹਿਲਾਂ ਵੀ ਕੀਤੀ ਸੀ ਕਿਉਂਕਿ ਆਪਾਂ ਕਾਹਲੀ ਕਾਹਲੀ ਅੱਗੇ ਤੋਂ ਅੱਗੇ ਜਾ ਰਹੇ ਹਾਂ। ਪਿਆਰਿਓ, ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਅਗਵਾਹੀ ਵਿੱਚ ਆਪਾਂ ਚੱਲਣਾ ਹੈ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਸਾਧ ਸੰਗਤ ਟਰਾਲੀ ਦੇ ਨਾਲ ਪਿੱਛੇ ਹੋ ਕੇ ਚੱਲੀਏ। ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਰਿਆਂ ਤੇ ਕਿਰਪਾ ਕਰਨ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਨਾਲ ਨਾਲ ਜਿਵੇਂ ਚੱਲੀ ਜਾਣੇ ਤੁਸੀਂ।
ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਪੈਦਲ ਯਾਤਰਾ ਆਪਾਂ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢ ਰਹੇ ਹਾਂ, ਇਹ ਦੂਸਰਾ ਪੜਾਅ ਹੈ। ਹਰ ਸਾਲ ਸੰਗਤ ਬੜਾ ਪਿਆਰ ਦੇ ਨਾਲ ਇਕੱਤਰ ਹੁੰਦੀ ਹੈ ਤੇ ਮੈਂ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਚਾਰ ਪੁੱਤ ਵਾਰੇ ਨਾ, ਇੱਕ ਵਿਦਵਾਨ ਦੇ ਬਚਨ ਹਨ ਕਿ ਉਹਨੇ ਚਾਰ ਤਾਕਤਾਂ ਸਾਡੀ ਝੋਲੀ ਵਿੱਚ ਪਾਈਆਂ ਨੇ। ਅਜੀਤ ਵਾਰ ਕੇ ਸਾਨੂੰ ਅਜਿੱਤ ਦੀ ਤਾਕਤ ਦੇ ਦਿੱਤੀ, ਜੁਝਾਰ ਵਾਰ ਕੇ ਜੂਝਣ ਦੀ ਤਾਕਤ ਦੇ ਦਿੱਤੀ, ਜ਼ੋਰਾਵਰ ਵਾਰ ਕੇ ਸਾਨੂੰ ਸਦਾ ਲਈ ਜ਼ੋਰ ਦੇ ਦਿੱਤਾ ਤੇ ਫਤਿਹ ਸਿੰਘ ਵਾਰ ਕੇ ਸਾਨੂੰ ਸਦਾ ਲਈ ਫਤਿਹ ਦੇ ਦਿੱਤੀ। ਗੁਰੂ ਨੇ ਚਾਰ ਪੁੱਤ ਵੀ ਵਾਰੇ, ਚਾਰ ਤਾਕਤਾਂ ਵੀ ਸਾਡੀ ਝੋਲੀ ਵਿੱਚ ਪਾਈ। ਅਸੀਂ ਸਾਧ ਸੰਗਤ ਐਸੇ ਗੁਰੂ ਦਾ ਦੇਣ ਨਹੀਂ ਦੇ ਸਕਦੇ ਜਿਹਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ। ਇਸੇ ਲਈ ਜਦੋਂ ਇੱਕ ਮੁਸਲਮਾਨ ਕਵੀ ਉਸਤਤ ਕਰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਉਹ ਬੜੇ ਪਿਆਰ ਨਾਲ ਲਿਖਦਾ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਕਰੂੰ ਗੋਬਿੰਦ ਕੀ ਵੋ ਕੰਮ ਹੈ। ਮੈਂ ਕਿੰਨੀ ਕੁ ਤਾਰੀਫ ਕਰਾਂ ਉਸ ਕਲਗੀਆਂ ਵਾਲੇ ਦੀ, ਜਿੰਨੀ ਕਰਦਾ ਮੇਰੀ ਕਲਮ ਮੁੱਕ ਸਕਦੀ ਹੈ, ਕਾਗਜ਼ ਮੁੱਕ ਸਕਦਾ, ਸਿਆਹੀ ਮੁੱਕ ਸਕਦੀ ਹੈ, ਪਰ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਹੀਂ ਮੁੱਕ ਸਕਦੀ। ਕਿਉਂਕਿ ਗੁਰੂ ਨਾਨਕ ਜੀ ਵੀ ਕਹਿ ਕੇ ਗਏ ਨੇ, ਜਿਹੜਾ ਚੱਲ ਪਿਆ ਨਾ ਰੱਬ ਦੇ ਰਾਹ ਤੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਇਹ ਹੈ ਨਾਮ ਨੂੰ ਮੰਨਣ ਵਾਲਿਆਂ ਦਾ ਜੀਵਨ। ਜਿਨ੍ਹਾਂ ਨੇ ਜੀਵਨ ਬਣਾਇਆ ਉਹਨਾਂ ਦੀ ਅੱਜ ਯਾਦਗਾਰ ਵਿੱਚ ਬੈਠੇ ਹਾਂ ਤੇ ਅਸੀਂ ਬਾਰਾਂ ਮਾਹਾਂ ਦੀ ਬਾਣੀ ਵਿੱਚ ਇਹ ਬਚਨ ਕਰਦੇ ਹਾਂ, ਜਿਨ ਜੇ ਆਉਗਾ ਹੁਣ ਸਾਫ਼ ਕਰਦੇ ਆ।
ਠੀਕ ਆ ਜੀ। ਸ਼ਾਨ ਹੋਵੇ ਤੇ ਭਾਵੇਂ ਗੰਗੂ ਦਾ ਘਰ ਹੋਵੇ ਤੇ ਭਾਵੇਂ ਮਰੰਡੇ ਦਾ ਥਾਣਾ ਹੋਵੇ, ਜਿੱਥੇ ਜਿੱਥੇ ਉਹ ਪੂਜਨੀਕ ਸਰੀਰ ਟਿਕੇ ਉੱਥੇ ਅੱਜ ਉਹ ਥਾਵਾਂ ਪੂਜਣਯੋਗ ਬਣ ਗਈਆਂ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਵਚਨ ਹੈ ਕਿ ਜਿਹੜੇ ਜੀਵਨ ਉੱਚਾ ਗੁਜ਼ਾਰਦੇ ਨੇ, ਸੱਚ ਦੇ ਰਾਹ ਤੇ ਚੱਲਦੇ ਨੇ, ਉਹ ਅਸਲ ਵਿੱਚ ਸੂਰਮੇ ਹੁੰਦੇ ਨੇ। ਨਾਮ ਦੇ ਰੰਗ ਵਿੱਚ ਰੰਗਣ ਵਾਲਿਆਂ ਨੂੰ ਬਾਣੀ ਨੇ ਸੂਰਮੇ ਆਖਿਆ ਹੈ। ਤੇ ਉਹ ਸੂਰਮਾ ਉਦੋਂ ਹੀ ਬਣਿਆ ਜਾ ਸਕਦਾ ਜਦੋਂ ਆਪਾਂ ਜੁੜ ਜਾਵਾਂਗੇ। ਸਾਧ ਸੰਗਤ ਬੜੇ ਆਰਾਮ ਨਾਲ ਤੁਸੀਂ ਮੱਥਾ ਟੇਕ ਸਕਦੇ ਹੋ, ਕੋਈ ਕਾਹਲੀ ਕਰਨ ਦੀ ਲੋੜ ਨਹੀਂ, ਕਿਉਂਕਿ ਗੁਰੂ ਦੀ ਇਹ ਯਾਤਰਾ ਹੈ, ਗੁਰੂ ਕੇ ਬੱਚਿਆਂ ਦੀ ਮਾਂ ਗੁਜਰੀ ਦੀ। ਜਦੋਂ ਇਤਿਹਾਸ ਨੂੰ ਪੜ੍ਹੀਏ ਨਾ, ਜਦੋਂ ਕੁੰਮੇ ਮਾਸ਼ਕੀ ਦੀ ਛੰਨ 'ਚ ਇਹ ਤਿੰਨ ਰੂਹਾਂ ਪਹੁੰਚੀਆਂ, ਕੁੰਮਾ ਮਾਸ਼ਕੀ ਵੇਖ ਕੇ ਇੱਕ ਸਵਾਲ ਕਰਦਾ ਹੈ ਕਿ ਅਨੰਦਪੁਰ ਸਾਹਿਬ ਦੇ ਮਾਲਕ
ਗੁਰੂ ਗੋਬਿੰਦ ਸਿੰਘ ਦੇ ਮਾਤਾ